गुड मॉर्निंग एवरीबॉडी एंड वेलकम बैक टू माई चैनल फ्रॉम होकर गरबी। अज का साडा टूर होगा गुजरात का। अज असी गुजरात जाएंगे, ठीक है, तो तुहानू गुजरात की थोड़ी जी सैर करावांगे। गुजरात दे विच भी बहुत बहुत अच्छी जगह ने, लेकिन देखने कि असी किधर जाने तुहाडे नाल असी शेयर करांगे जिधर असी गए, ठीक है। ते चलो साढ़े नाल रवियो, आओ चलिए फिर गुजरात है। चलो जी रोक चढ़ी थी जी, जलेबियां तैयार हो रही ने, मराठी दी जलेबियां, दूजिया जलेबियां अपू ने नहीं देने बाद। माशाल्लाह बेटा भी मास्टर हो गया जी। क्या बात है, है जी। हुण समोसे बन रहे ने ताज़ा ताज़ा, बाबा जी साढ़े समोसे बना रहे ने, माशाल्लाह जी। जी अब्दुल राउफ साहब ने नहीं जी, साढ़े ड्राइवर की अपना घर का बंदा है, ठीक है जी। तारा को लाइया सो अज पता नहीं केड़े वक्त दियाँ तारा लगी सन, सारिया ला छड़िया सो। मिठू भी नाल लगे है और इधर मलिक फजान साहब हैं, ये भी साथ ही चाचू के लगे होते हैं, हैं जी। हवा बड़ी तेज चल रही है, ते मिठू को प्लास नाल तारा नु जोड़ रहा, हूँ पता नहीं की पे जोड़ दे। आएगा क्यों नहीं आऊंगा, चन भी आ गया जी माशाल्लाह। ये बस हूँ अन करीब चौदहवीं का चन बनने वाला है, क्यों जी। हाँ हाँ जी, मिठू ने आना समोसे खाधे ने,
ਹੁਣ ਕਹਿੰਦਾ ਵੀ ਟਿੱਕੇ ਖਾਣ ਜਾਣਾ ਅਸਾਂ ਤੇ ਉਹ ਇਹ ਟੈਲੀਫੋਨ ਨਹੀਂ ਚੁੱਕ ਰਿਹਾ ਕਿਉਂ ਪਤਾ ਨਹੀਂ ਹੁਣ ਦੋ ਤਰੇ ਵਾਰੀ ਨੰਬਰ ਮਿਲਾਇਆ ਵੇ ਅੱਛਾ ਤੇ ਦੋਨਾਂ ਇਫਤਾਰੀ ਨਹੀਂ ਕਰਨੀ ਨਹੀਂ ਇਫਤਾਰੀ ਤੇ ਹੁਣ ਕਰ ਹੀ ਲਈ ਨੇ ਹੁਣ ਅੱਧਾ ਘੰਟਾ ਠਹਿਰ ਕੇ ਰਾਬਤਾ ਕਰਨੇ ਆ ਨਹੀਂ ਤੇ ਫਿਰ ਘਰੇ ਵਾਲੀ ਦਾਲ ਹੀ ਖਾਣ ਦੇ ਅੱਛਾ ਨਹੀਂ ਨਹੀਂ ਕਾਰ ਪੱਕੇ ਹੈ ਕੋਈ ਨਹੀਂ ਸਾਲਣ ਹੈ ਨਾ ਦਾਲ ਨਾਲ ਚਾਵਲ ਬਣਾਵਾਂਗੇ ਚਾਵਲ ਬਣਾਵਾਂਗੇ ਉਹ ਕੀ ਆਖਿਆ ਨਾ ਸ਼ਹਿਨਸ਼ਾਹੀ ਖਾਣਾ ਹੀ ਆ ਅੱਲਾ ਖੈਰ ਕਰੇਗਾ ਕੱਲ ਫਿਰ ਆਪੇ ਕੁਝ ਰਾਣੇ ਦਾ ਟੂਰ ਕਰਾਂਗੇ ਇਨਸ਼ਾਅੱਲਾ ਤਾਰਾਂ ਇੱਥੇ ਵੀ ਆਈ ਵੀ ਪਈਆਂ ਨੇ ਵਿੱਚ ਮਾਸ਼ਾਅੱਲਾ ਬੜੇ ਖੂਬਸੂਰਤ ਫੁੱਲ ਨੇ ਵੇਖੋ ਨਾ ਆਸ਼ਾਸ਼ ਕਰਦੇ ਨੇ ਬਈ ਕਿਆ ਬਾਤ ਜੀ ਗੁਲਾਬ ਜੀ ਲਓ ਜੀ ਇਹ ਮਾਸ਼ਾਅੱਲਾ ਅੱਗੇ ਤੁਸੀਂ ਰੈੱਡ ਰੋਜ਼ ਦੇਖੇ ਹਨ ਇਹ ਵਾਈਟ ਨੇ ਹੈਂਜੀ ਇਹ ਲਓ ਜੀ ਤੁਹਾਨੂੰ ਔਰੰਜ ਜਿਹੜੇ ਨੇ ਉਹ ਦਿਖਾਈਏ ਇਸ ਤੋਂ ਬਾਅਦ ਹੈ ਪਿੰਕ ਜਿਹੜਾ ਉਹ ਵੀ ਕਲਰ ਮੌਜੂਦ ਹੈ ਇੱਥੇ ਠੀਕ ਹੈ ਉਹਦੇ ਨਾਲ ਰੈੱਡ ਵੀ ਹੈ ਆਓ ਤੁਹਾਨੂੰ ਹੋਰ ਵੀ ਗੁਲਾਬ ਦਿਖਾਉਂਦੇ ਹਾਂ ਹੈਂ ਇਹ ਵੀ ਬੜਾ ਪਿਆਰਾ ਫੁੱਲ ਹੈ ਬੜਾ ਪਿਆਰਾ ਬੂਟਾ ਇਹ ਵੀ ਲਓ ਜੀ ਇਹ ਯੈਲੋ ਕਲਰ ਦਾ ਗੁਲਾਬ ਵੀ ਤੁਹਾਨੂੰ ਦਿਖਾਈਏ ਇੱਕ ਦੋ ਕਹਿੰਦੇ ਨੇ ਨਾ ਆਪਣਾ ਫਰੈਂਕਫੋਰਟ ਇੱਕ ਫਲਮਨ ਗਾਰਡਨ ਹੈ ਅਤੇ ਖੋਖਰ ਗਰਬੀ ਵਿੱਚ ਵੀ ਇੱਕ ਪਾਕਿਸਤਾਨ ਖੋਖਰ ਗਰਬੀ ਉੱਥੇ ਵੀ ਇੱਕ ਫਲਮਨ ਗਾਰਡਨ ਹੈ ਉੱਥੇ ਵੀ ਅੱਲਾ ਦੇ ਫਜ਼ਲ ਨਾਲ ਬਹੁਤ ਜ਼ਿਆਦਾ ਬੂਟੇ ਲਾਏ ਨੇ ਮਿੱਠੂ ਨੇ ਔਰ ਬਹੁਤ ਪਿਆਰਾ ਗਾਰਡਨ ਬਣਾਇਆ ਸੂ ਸਾਡਾ ਮਾਲੀ ਹੈ ਨਦੀਮ ਔਰ ਬੜੀ ਮਿਹਨਤ ਕਰਦਾ ਉਹ ਬਗੀਚੇ ਉੱਤੇ ਉਹਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਉਹ ਕੱਲ੍ਹ ਜਾਂ ਪਰਸੋਂ ਆਵੇਗਾ ਅਤੇ ਹਾਂ ਪਰਪਲ ਵੀ ਹੈ ਸਾਡੇ ਫਜ਼ਾਨ ਸਾਹਿਬ ਜੀ ਹੈ ਵੇਖੋ ਜੀ ਯੋਗਾ ਕਰ ਰਹੇ ਨੇ ਹੈਂ ਬਗੀਚੇ 'ਚ ਘਾਹ ਦੇ ਉੱਤੇ ਲੰਮੇ ਪਏ ਨੇ ਸਾਰੇ ਮਾਸ਼ਾਅੱਲਾ ਇਹ ਨਦੀਮ ਦੀ ਜਿਹੜੀ ਆ ਬੜੀ ਮਿਹਨਤ ਹੈ ਇੱਥੇ ਜੀ ਦੇਖੋ ਨਾ ਕਿ ਸਫਾਈ ਨਾਲ ਉਹਨੇ ਸਾਰੀ ਬੂਟਿਆਂ ਦੀ ਕਟਾਈ ਕੀਤੀ ਹੈ ਇਹ ਵੀ ਦੇਖੋ ਤੁਹਾਨੂੰ ਗੁਲਾਬ ਦਾ ਬੂਟਾ ਦਿਖਾਈਏ ਬੜੇ ਪਿਆਰੇ ਫੁੱਲ ਲੱਗੇ ਨੇ ਇਹਦੇ 'ਤੇ ਵੀ ਜੀ ਔਰ ਬੜੇ ਖੁਸ਼ਬੂਦਾਰ ਨੇ ਸਾਰੇ ਇਹ ਕੀ ਕਹਿੰਦੇ ਨੇ ਇੱਕ ਸੁੱਚਾ ਗੁਲਾਬ ਹੁੰਦਾ ਇਹ ਸਾਰੇ ਖੁਸ਼ਬੂਦਾਰ ਗੁਲਾਬ ਨੇ ਬੜੀ ਖੁਸ਼ਬੂ ਹੁੰਦੀ ਹੈ ਰਾਤ ਦੀ ਰਾਣੀ ਦਿਨ ਦਾ ਰਾਜਾ ਸਾਰੇ ਦਰਖਤ ਲਾਏ ਨੇ ਮਿੱਠੂ ਨੇ ਇਹ ਦਰਖਤ ਦੇਖੋ ਜੀ ਕਿਆ ਬਾਤ ਹੈ ਕਿਆ ਫੁੱਲ ਨੁਮਾ ਬਣੇ ਇਹ ਵੀ ਇੱਕ ਇੱਧਰ ਹੈ ਫਿਰ ਇੱਥੇ ਗੁਲਾਬ ਆ ਗਿਆ ਇਹ ਵੀ ਇੱਕ ਦਰਖਤ ਹੈ ਛੋਟਾ ਜਿਹਾ ਬੂਟਾ ਫੁੱਲਾਂ ਦਾ ਇਹ ਫਿਰੋਜ਼ ਸਾਹਿਬ ਆਏ ਹੈ ਅੰਦਰ ਸੇ ਕਹਤੇ ਹੈ ਮੇਰੀ ਵੀ ਮੂਵੀ ਬਣਾਓ ਤੋ ਬਣਾ ਰਹੇ ਆਪਕੀ ਮੂਵੀ ਔਰ ਇਹ ਦਿਖਾਏ ਆਪ ਇਸਕੇ ਇਹ ਦੇਖੋ ਇਸਕੇ ਉੱਪਰ ਮਲਟੇ ਲੱਗੇ ਹੋਏ ਹੈ ਹੈਂ ਬੜੇ ਪਿਆਰੇ ਲੱਗਤੇ ਹੈ ਯੇ ਹਮਾਰੇ ਅੱਬਾ ਜੀ ਕੋ ਇਹ ਬੂਟਾ ਬਹੁਤ ਪਸੰਦ ਥਾ ਅੱਬਾ ਜੀ ਬਹੁਤ ਪਸੰਦ ਕਰਤੇ ਥੇ ਇਸ ਬੂਟੇ ਕੋ ਔਰ ਇਸ ਜਗ੍ਹਾ ਪੇ ਯਹਾਂ ਪੇ ਬੈਠਾ ਕਰਤੇ ਥੇ ਵੋ ਠੀਕ ਹੈ ਅਬ ਵੋ ਅੱਲਾ ਮੀਆਂ ਕੇ ਪਾਸ ਚਲੇ ਗਏ ਹੈ ਇਹ ਵੋ ਉਨਕੀ ਬੜੀ ਪਸੰਦੀਦਾ ਜਗ੍ਹਾ ਥੀ ਇੱਥੇ ਉਹ ਬੈਠਦੇ ਹੁੰਦੇ ਸਨ ਕਿਉਂ ਫਿਰੋਜ਼ ਅੱਬਾ ਜੀ ਇਧਰ ਬੈਠਦੇ ਥੇ ਨਾ ਰਊਫ ਜਿਹੜਾ ਉਹ ਆਪਣੇ ਕੰਮ ਕਰ ਰਿਹਾ ਹਾਂਜੀ ਮੈਂ ਇਹਨਾਂ ਤੇ ਬਹੁਤ ਖੂਬਸੂਰਤ ਫੁੱਲ ਲੱਗਣੇ ਨੇ ਅੱਛਾ ਦੋ ਜਾਂ ਤਿੰਨ ਦਿਨ ਤੱਕ ਨਾ ਅੱਛਾ ਆ ਜਾਣਦੇ ਵੈਰੀ ਗੁੱਡ ਫਿਰ ਇਹਨਾਂ ਨੂੰ ਅਸੀਂ ਕਰ ਲਾਂਗੇ ਇੱਕ ਵਾਰ ਇਹਨਾਂ ਨੂੰ
वेखा भी उन्हें माली ने गोल बनाए ने बूटे, क्या बात है। ऐ जी चिड़िया का घौंसला बने है, ये जो दाने वगैरह पा छड़ते ने चिड़िया आंदियां ने खांदियां ने। वैसे भी मिठू रोज वड्डे वे जिहड़ियां रोटियां वधियां होंदियां ने अम्मी साडे उहदे भोरे कर छड़दे ने छोटे छोटे, तो ऐ चिड़िया कावां नूं पा छड़दियां ने, बड़े खुश हो के खांदे ने आ के। वेखो हाँ जी मेहनत वेखो साडे माली दी, उहनूं ना भुल्लना चाहुंदा। नदीम आ नदीम बड़ा नाइस मुड़ा है, उहनूं बड़ा मिले आ, उहनूं बड़ी अच्छी तरह बड़ी अच्छी तबीयत उहदी। फरोज साहब जड़े ने आ गए ने अंदरों,